ਨਮਸਕਾਰ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਰਿੰਕਾ ਐਜੂਕੇਸ਼ਨ ਵਿੱਚ ਤੇ ਅੱਜ ਆਪਾਂ ਗੱਲ ਕਰਾਂਗੇ ਈਟੀਟੀ ਛਾਰਟ 35 ਬਾਰੇ ਜੋ ਕਿ ਕੋਰਟ ਵਿੱਚ ਫਸ ਚੁੱਕੀ ਹੈ ਤੇ ਹਾਈ ਕੋਰਟ ਨੇ ਆਰਡਰ ਕੀਤੇ ਹਨ ਕਿ ਸਾਡੇ ਆਰਡਰਸ ਤੋਂ ਬਿਨਾ ਜੁਆਇਨਿੰਗ ਲੈਟਰ ਨਾ ਦਿੱਤੇ ਜਾਣ ਸਿਲੈਕਟਡ ਕੈਂਡੀਡੇਟ ਨੂੰ ਤੇ ਜੇ ਆਪਾਂ ਗੱਲ ਕਰੀਏ ਕਿ ਈਟੀਟੀ ਛਾਰਟ 35 ਹੀ ਕੋਰਟ ਵਿੱਚ ਫਸੀ ਹੈ ਜਾਂ ਹੋਰ ਭਰਤੀਆਂ ਵੀ ਇਹੀ ਜੀ ਸਿਚੁਏਸ਼ਨ ਵਿੱਚ ਆਉਂਦੀਆਂ ਹਨ ਤੇ ਕਿਵੇਂ ਉਹ ਭਰਤੀਆਂ ਕੰਪਲੀਟ ਹੁੰਦੀਆਂ ਹਨ ਆਪਾਂ ETT ਨਾਲ ਰਿਲੇਟ ਕਰਦੇ ਹਾਂ ਇਸ ਲਈ ਆਪਾਂ ਨੇ ਸਮਝ ਲਿਆ ਕਿ ਇਹ ਸਾਰੀ ਮੁਸੀਬਤਾਂ ਹੀ ਇਕੱਲੀ ETT 635 ਤੇ ਜਾਂ 2364 ਤੇ ਪੈਗੀਆਂ ਬਟ ਇਹ じゃ ਨਹੀਂ ਹੈ ਬਹੁਤ ਸਾਰੀਆਂ ਭਰਤੀਆਂ ਨੇ ਮੈਂ ਹਰਿਆਣਾ ਦੀ ਐਗਜ਼ਾਮਪਲ ਦੇਣਾ ਚਾਹਨਾ ਕਿ 72 80% ਭਰਤੀਆਂ ਨੇ ਜੋ ਕੋਰਟ ਕੇਸ ਵਿੱਚ ਫਸ ਜਾਂਦੀਆਂ ਚਾਹੇ ਤੁਸੀਂ 2018 17 ਵਾਲੀ 17 18 ਵਾਲੀ ਹਰਿਆਣਾ ਪੁਲਿਸ ਦੀ ਲੈ ਲੋ ਗੱਲ ਚਾਹੇ ਤੁਸੀਂ ਫੂਡ ਇਨਸਪੈਕਟਰ ਫੂਡ ਸਬ ਇਨਸਪੈਕਟਰ ਦੀ ਗੱਲ ਲੈ ਲੋ ਚਾਹੇ ਤੁਸੀਂ ਅਨ ਆਡੀਟਰ ਦੀ ਗੱਲ ਲੈ ਲੋ ਬਹੁਤ ਸਾਰੀਆਂ ਭਰਤੀਆਂ ਨੇ ਐਵੇਂ ਗੁਜਰਾਤ ਰਾਜਸਥਾਨ ਵਿੱਚ ਨੇ ਤੇ ਐਵੇਂ ਉੱਤਰ ਪ੍ਰਦੇਸ਼ ਵਿੱਚ ਹਨ ਤੇ ਐਵੇਂ ਪਟਨਾ ਵਿੱਚ ਬਿਹਾਰ ਵਿੱਚ ਹਨ ਤਾਂ ਮੈਂ ਕਹਿਣਾ ਚਾਹੁੰਦਾ ਕਿ ਬਿਹਾਰ ਵਿੱਚ ਬਹੁਤ ਸਾਰੀਆਂ ਭਰਤੀਆਂ ਹਨ 370 ਦੀ ਇੱਕ ਭਰਤੀ ਆਈ ਸੀ ਉੱਥੇ ਕਲਰਕ ਟਾਈਪ ਭਰਤੀ ਸੀ ਉਹ ਵੀ ਐਵੇਂ ਫਸੀ ਸੀ ਬਹੁਤ ਸਾਰੀਆਂ ਨੇ ਹਿਮਾਚਲ ਪ੍ਰਦੇਸ਼ ਵਿੱਚ ਹਨ ਤੇ ਉਹ ਕਿਵੇਂ ਇਸ ਕੰਡੀਸ਼ਨ ਵਿੱਚੋਂ ਨਿਕਲਦੀਆਂ ਹਨ ਉਹਨਾਂ ਵਿੱਚ ਸਰਕਾਰ ਇੱਕ ਲੈਟਰ ਦੰਦੀ ਹੈ ਕੋਰਟ ਵਿੱਚ ਜੋ ਆਪਾਂ ਨੂੰ ਸਭ ਨੂੰ ਪਤਾ ਹੈ ਕਿ ਮੰਨ ਲਓ 1000 ਪੋਸਟ ਸਨ ਤੇ 50 ਪੋਸਟਾਂ ਤੇ 50 ਪੋਸਟਾਂ ਕਨਫਲਿਕਟ 50 ਬੰਦਿਆਂ ਨੇ ਕਨਫਲਿਕਟ ਹੋ ਗਿਆ 50 ਬੰਦਿਆਂ ਨਾਲ ਉਹਨਾਂ ਪੋਸਟਸ ਦਾ ਮੀਨਸ ਕਿ ਉਹ ਕਹਿ ਰਹੇ ਹਨ ਕਿ ਇਹ ਭਰਤੀਆਂ ਸਾਨੂੰ ਸਾਨੂੰ ਜੋ ਜਸਟਿਸ ਨਹੀਂ ਕਰ ਰਹੀਆਂ ਇਹ ਨੋਟੀਫਿਕੇਸ਼ਨ ਇਹਨਾਂ ਭਰਤੀਆਂ ਦਾ ਇਸ ਲਈ ਉਹ ਕੀ ਕਰਦੇ ਹਨ ਕੀ ਉਹ ਇਕੱਠੇ ਹੋ ਕੇ ਵਾਇ WhatsApp ਗਰੁੱਪ ਜਾਂ Facebook ਗਰੁੱਪ ਉਹ ਇਕੱਠੇ ਹੋ ਜਾਂਦੇ ਹਨ ਤੇ ਉਹ ਕੇਸ ਕਰ ਦਿੰਦੇ ਹਨ ਮੀਨਸ ਕਿ 50 ਦੇ 50 ਬੰਦੇ ਐਗਜ਼ਾਮਪਲ ਦੇ ਤੌਰ ਤੇ ਗੱਲ ਕਰ ਰਿਹਾ ਹਾਂ 1000 ਪੋਸਟ ਹਨ ਤੇ 50 ਸਟੂਡੈਂਟਸ ਜਾਂ ਐਸਪੀਰੀਐਂਟਸ ਕੇਸ ਕਰ ਦਿੰਦੇ ਹਨ ਕਿ ਇਹ ਇਹ ਜੋ ਐਡਵਰਟਾਈਜ਼ਮੈਂਟ ਆਇਆ ਹੈ ਇਹ ਸਾਡੇ ਨਾਲ ਜਸਟਿਸ ਨਹੀਂ ਕਰ ਰਿਹਾ ਇਸ ਲਈ ਉਹ ਕੋਰਟ ਵਿੱਚ ਚਲੇ ਜਾਂਦੇ ਹਨ ਤੇ ਹਰ ਰਾਜ ਦੀ ਗਵਰਨਮੈਂਟ پتہ ਕੀ ਕਰਦੀ ਹੈ ਕਹਿੰਦੀ ਹੈ ਕਿ ਏਐਸਜੀ ਪੰਜਾਬ ਪੋਸਟਾਂ ਸਾਡੀਆਂ ਹੋਲਡ ਤੇ ਰੱਖ ਲਓ 950 ਦਾ ਰਿਜ਼ਲਟ ਦੇ ਦਿਓ ਅਸੀਂ 950 ਨੂੰ ਤਾਂ ਐਟ ਲੀਸਟ ਅਸੀਂ ਜੁਆਇਨਿੰਗ ਦੇਈਏ ਤੇ ਇਹ ਇਹ ਇੱਕ ਸਭ ਨੇ ਇਹੀ ਫੰਡਾ ਅਪਣਾਇਆ ਸਾਰੀਆਂ ਗਵਰਨਮੈਂਟਸ ਨੇ ਚਾਹੇ ਉਹ Rajasthan ਦੀ ਹੈ ਇਵਨ Haryana ਚ ਤਾਂ ਇੰਨੀ ਜ਼ਿਆਦਾ ਲੋਕ ਕੇਸ ਕਰਦੇ ਹਨ ਭਾਰਤੀਆਂ ਦੇ ਕਿ ਕਿ ਭਾਰਤੀ ਤੇ ਬੀਵੀ ਤੀਤੀ ਕੇਸ ਹੁੰਦੇ ਹਨ 200 3 3 ਜਣੇ ਮਿਲ ਕੇ ਵੀ ਕਿ ਕਿ ਭਾਰਤੀ ਤੇ ਕੇਸ ਕਰ ਦਿੰਦੇ ਹਨ ਤੇ ਉਹ ਸਬਦੀਆਂ ਜੋ ਰਿਟ ਪਟੀਸ਼ਨਾਂ ਨੂੰ ਇਕੱਠਾ ਕਰਿਆ ਜਾਂਦਾ ਉਹਨਾਂ ਵਿੱਚ ਦੇਖਿਆ ਜਾਂਦਾ ਕਿ ਹਾਂਜੀ 70 ਬੰਦੇ ਹਨ ਤੇ 2000 ਪੋਸਟਾਂ ਹਨ ਤੁਸੀਂ ਜੀ 1930 ਦਾ ਰਿਜ਼ਲਟ ਦਿਓ ਠੀਕ ਹੈ ਤਾਂ 1930 ਦਾ ਰਿਜ਼ਲਟ ਦਿੱਤਾ ਜਾਂਦਾ ਤਾਂ ਇਹ ਚੀਜ਼ ਹੁੰਦੀ ਹੈ ਕੀ ਇਹ ਆਪਣੀ ETT ਛਾੜ 35 ਤੇ ਨਹੀਂ ਹੋ ਸਕਦੀ ਬਿਲਕੁਲ ਹੋ ਸਕਦੀ ਹੈ ਗਵਰਨਮੈਂਟ ਨੇਗਾ ਨਹੀਂ ਕੀਤੀ ਗਵਰਨਮੈਂਟ ਨੇ ਇਸ ਵਿੱਚ ਬਿਲਕੁਲ ਇੱਕ ਕਟਿਆ ਕੰਮ ਕੀਤਾ ਇਹ ਮੀਨਸ ਕੀ ਸਾਰੇ 200 300 ਬੱਚੇ ਹੋਣੇ ਜੋ ਕੁਆਲੀਫਾਈ ਹੋਣੇ ਜੋ ETT BEd ਦੇ ਹੋਣੇ ਜੋ ਕੁਆਲੀਫਾਈ ਹੋਣੇ ਤੇ ਜਿਨ੍ਹਾਂ ਨੇ ਸਕਰੂਟੀ ਨਹੀਂ ਕਰਾਈ ਹੈ 400 ਹੋਣੇ ਤੇ ਅਨ 835 ਨੂੰ ਤੱਕ-ਟੱਕ ਜੁਆਇਨਿੰਗ ਲੈਟਰ ਮਿਲ ਸਕਦੇ ਹਨ 835 ਪਰਿਵਾਰ ਵੀ ਇਸ ਤੋਂ ਸਫਰ ਕਰ ਰਹੇ ਹਨ ਤੇ ਮੈਂ ਜੂਨੀਅਨ ਨੂੰ ਵੀ ਸਾਡੀ ਬਹੁ ਸਮਾਨਿਤ ਲੋਗ ਹਨ ਜੂਨੀਅਨ ਵਿੱਚ ਜਿਨ੍ਹਾਂ ਦਾ ਅਸੀਂ ਸਾਰੇ ਆਦਰ ਕਰਦੇ ਹਾਂ ਤੇ ਮੈਂ ਜੂਨੀਅਨ ਨੂੰ ਵੀ ਕਹਿਣਾ ਚਾਹੁੰਦਾ ਕਿ ਪਲੀਜ਼ ਇਨਾਂ ਲਈ ਕੁਝ ਕਰਿਆ ਜਾਵੇ ਘੱਟੋ ਘੱਟ ਜੇ ਤੁਸੀਂ 6000 ਨੂੰ ਵੀ ਜੁਆਇਨਿੰਗ ਲੈਟਰ ਮਿਲਦੇ ਹਨ 6 635 ਨੂੰ ਆਪਾਂ ਵੀਐਡ ਵਾਲਿਆਂ ਨੂੰ ਹੋਲਡ ਤੇ ਪਾਣੇ ਹਾਂ ਉਹਨਾਂ ਪੋਸਟਾਂ ਨੂੰ ਤਾਂ ਯੂਨੀਅਨ ਦੀ ਸਟਰੈਂਥ ਵੀ ਡਬਲ ਹੋਵੇਗੀ ਯੂਨੀਅਨ ਉਹ ਉਹਨਾਂ ਕੋਲ ਜੌਬ ਹੋਵੇਗੀ ਉਹਨਾਂ ਕੋਲ ਇਨਕਮ ਹੋਵੇਗੀ ਜਿਸ ਵਿੱਚੋਂ ਉਹ 10000 ਰੁਪਏ ਪਰ ਮੰਥ ਵੀ ਅਗਰ ਕੰਟਰੀਬਿਊਟ ਕਰਨਗੇ ਤਾਂ ਯੂਨੀਅਨ ਕੋਲ ਪੈਸਾ ਹੋਵੇਗਾ ਅਤੇ ਜੇ ਉਹ 6000 ਮੰਨ ਕੇ ਚੱਲਦੇ ਆਂ ਕਿ ਆਪਾਂ 6000 ਬੰਦੇ ਹਨ ਜੋ ਜੋਇਨਿੰਗ ਲੈਟਰ ਮਿਲਦਾ ਹੈ ਤੇ ਜੋਬ ਨੂੰ ਜੁਆਇਨ ਕਰਦੇ ਹਨ ਟੀਚਿੰਗ ਦੀ ਜੋਬ ਨੂੰ ਉਸ ਤੋਂ ਬਾਅਦ ਉਹ ਡਬਲ ਸਟਰੈਂਥ ਨਾਲ ਯੂਨੀਅਨ ਨਾਲ ਜੁੜਨਗੇ ਕਿ ਕੱਲ ਨੂੰ ਸਾਡੀ ਭਾਰਤੀ ਤੇ ਅਸੀਂ ਲੱਗ ਚੁੱਕੇ ਹਾਂਗੇ ਤੇ ਸਾਡੇ ਤੇ ਕੋਈ ਖਤਰਾ ਨਾ ਜੇ ਕਿਉਂਕਿ ਬਹੁਤ ਸਾਰੀ ਐਗਜ਼ਾਮਪਲ ਨੇ ਲੱਗੇ ਲੱਗੇ ਵੀ ਹਟੇ ਹਨ ਤਾਂ ਉਹ ਡਬਲ ਸਟਰੈਂਥ ਨਾਲ ਯੂਨੀਅਨ ਨਾਲ ਜੁੜਨਗੇ ਤੇ ਯੂਨੀਅਨ ਦੀ ਪਾਵਰ ਵਧਣਗੇ ਠੀਕ ਹੈ ਤਾਂ ਬੈਕਬੋਨ ਦੀ ਤਰ੍ਹਾਂ ਉਹ ਕੰਮ ਕਰਨਗੇ ਯੂਨੀਅਨ ਨਾਲ ਮਿਲ ਕੇ ਇਸ ਲਈ ਮੈਂ ਕਹਿਣਾ ਚਾਹੁੰਨਾ ਯੂਨੀਅਨ ਨੂੰ ਕਿ ਕਟੋ-ਕਟ ਜਿੰਨੇ ਜਿੰਨਾ ਵੀ ਪੋਸੀਬਲ ਹੋ ਸਕਦਾ ਹੈ ਉਨਾ ਕਰਵਾਇਆ ਜਾਵੇ ਜੁਆਇਨਿੰਗ ਲੈਟਰ ਐਟ ਲੀਸਟ ਬਾਕੀ ਹੋ ਆਪਾਂ ਨੂੰ ਐਕਸਪੀਰੀਅੰਸ ਤੋਂ ਦੇਖ ਕੇ ਚੱਲਣਾ ਚਾਹੀਦਾ ਚਾਹੇ ਕੋਈ ਬਿਜ਼ਨਸ ਹੈ ਚਾਹੇ ਕੁਝ ਵੀ ਹੈ ਚਾਹੇ ਆਪਣਾ ਕੋਈ ਪ੍ਰੋਫੈਸ਼ਨਲ ਕੰਮ ਹੈ ਚਾਹੇ ਉਹ ਕੋਈ ਵੀ ਹੈ ਆਪਾਂ ਪਿਛਲੇ ਐਕਸਪੀਰੀਅੰਸ ਨੂੰ ਦੇਖ ਕੇ ਚਲਦੇ ਹਾਂ ਵੀ ਇੱਥੇ ਇਹ ਹੋਇਆ ਸੀ ਇਹ ਆਪਣੇ ਲਈ ਬੈਟਰ ਹੈ ਤੇ ਇਹ ਆਪਾਂ ਨੂੰ ਕਰਨਾ ਚਾਹੀਦਾ ਤਾਂ ਮੈਂ ਕਹਿਣਾ ਚਾਹੁੰਨਾ ਕਿ ਆਪਾਂ ਨੂੰ ਜੂਨੀਅਰ ਨੂੰ ਮੈਂ ਬੇਨਤੀ ਕਰਨਾ ਚਾਹੁੰਦਾ ਸਾਡੀ ਬਹੁਤ ਸਮਾਨਿਤ ਜੂਨੀਅਰ ਹੈ ਬਹੁਤ ਵਧੀਆ ਕੰਮ ਕੀਤਾ ਹੈ ਤੇ ਬਹੁਤ ਸਾਰੀਆਂ ਪੋਸਟਾਂ ਉਹਨਾਂ ਨੇ ਕ੍ਰੀਏਟ ਕਰਵਾਈਆਂ ਨੇ ਜੋ ਨਹੀਂ ਬਣਦੀਆਂ ਸਨ ਤੇ ਉਹਨਾਂ ਨੂੰ ਬੇਨਤੀ ਹੈ ਇੱਕ ਨਵੇਦਨ ਹੈ ਤੇ ਕਿ ਪਲੀਜ਼ ਉਹ ਇਹ ਕਰਨ ਕਿ ਘੱਟੋ ਘੱਟ 6000 ਜਾਂ 6000 ਤੋਂ ਵੀ ਵੱਧ ਮੈਂ ਕਹਿਣਾ ਚਾਹਾਂਗਾ ਮੀਨਸ ਕਿ ਪਟੀਸ਼ਨਰ ਕਿੰਨੇ ਹੋਣਗੇ ਪਟੀਸ਼ਨਰ ਵੀ ਉਹ ਹੋਲਡ ਤੇ ਰੱਖੇ ਜਾਂਦੇ ਹਨ ਜੋ ਕੁਆਲੀਫਾਈ ਹੁੰਦੇ ਹਨ ਤਾਂ ਇਸ ਲਈ ਮੈਂ ਕਹਿਣਾ ਚਾਹਾਂਗਾ ਕਿ ਪਟੀਸ਼ਨਰ ਕੁਆਲੀਫਾਈ ਕਿੰਨੇ ਕੋਣੇ 300 400 500 ਨੇ ਤਾਂ ਘੱਟੋ ਘੱਟ 400 800 ਬੰਦਿਆਂ ਨੂੰ ਜੁਆਇਨਿੰਗ ਲੈਟਰ ਮਿਲ ਸਕਦੇ ਹਨ ਤੇ ਉਹਨਾਂ ਦੇ ਪਰਿਵਾਰ ਖੁਸ਼ ਹੋ ਸਕਦੇ ਹਨ ਤੇ ਉਹ 400 800 ਬੰਦਾ ਆਪਣੀ ਪੋਸਟਾਂ ਨੂੰ ਬਚਾਉਣ ਵਾਸਤੇ ਆਪਣੀ ਜੋਬ ਨੂੰ ਬਚਾਉਣ ਵਾਸਤੇ ਜੂਨੀਅਨ ਨਾਲ ਇੱਕ ਡਬਲ ਇੱਕ ਟ੍ਰਿਪਲ ਸਟਰੈਂਥ ਨਾਲ ਜੁੜੂਗਾ ਜਿਸ ਨਾਲ ਜੂਨੀਅਨ ਵੀ ਮਜ਼ਬੂਤ ਹੋਊਗੀ ਜੂਨੀਅਨ ਕੋਲ ਫੰਡ ਵੀ ਹੋਊਗਾ ਤੇ ਤੇ ਮੈਂ ਇਹ ਨਿਵੇਦਨ ਕਰਨਾ ਚਾਹੁੰਦਾ ਜੂਨੀਅਨ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਘੱਟੋ-ਘੱਟ ਜਿੰਨੇ ਹਨ ਉਹਨਾਂ ਨੂੰ ਸਰਕਾਰ ਨੇ ਕੰਮ ਨਹੀਂ ਕਰਵਾਇਆ ਘੱਟੋ-ਘੱਟ ਜੂਨੀਅਨ ਇਹ ਆਪਣੇ ਵਕੀਲ ਦੇ ਥਰੂ ਬਹੁਤ ਬਦਿਆ ਵਕੀਲ ਹਾਇਰ ਕੀਤੇ ਹਨ ਤੇ ਸੁਪਰੀਮ ਹਾਈ ਕੋਰਟ ਦੇ ਜੱਜ ਨੂੰ ਇਹਨਾਂ ਚੀਜ਼ਾਂ ਦਾ ਪਤਾ ਹੈ ਤੇ ਬਹੁਤ ਸਾਰੀਆਂ ਭਰਤੀਆਂ ਵਿੱਚ ਇਹ ਚੀਜ਼ਾਂ ਆਰਡਰ ਕਰਦੇ ਹਨ ਜੱਜ ਤਾਂ ਉਹਨਾਂ ਨੂੰ ਬਿਲਕੁਲ ਉਹ ਬਹੁਤ ਘੱਟ ਗੱਲਾਂ ਤੋਂ ਸਮਝ ਜਾਣਗੇ ਤੇ ਉਹਨਾਂ ਨੂੰ ਬੇਨਤੀ ਕਰਨਾ ਚਾਹੁੰਦੇ ਹਨ ਕਿ ਇਹ ਇਹ ਕਰਵਾਇਆ ਜਾਵੇ ਤੇ 650 800 ਬੰਦਿਆਂ ਨੂੰ ਜੁਆਇਨਿੰਗ ਲੈਟਰ ਦਿਵਾਏ ਜਾਣ ਅੱਜ ਦੀ ਵੀਡੀਓ ਵਿੱਚ ਬਸ ਇੰਨਾ ਹੀ ਤੇ ਤੁਹਾਡਾ ਕੋਈ ਕਮੈਂਟ ਹੈ ਤੁਹਾਡੇ ਮਨ ਵਿੱਚ ਕੋਈ ਡਾਊਟ ਹੈ ਕਮੈਂਟ ਤਾਂ ਪਲੀਜ਼ ਕਮੈਂਟ ਬਾਕਸ 'ਚ ਕਮੈਂਟ ਜ਼ਰੂਰ ਕਰੋ ਅੱਜ ਦੀ ਵੀਡੀਓ ਵਿੱਚ ਪਸੰਦ ਆਈ ਧੰਨਵਾਦ